अज जी पौ दे मते 1945 हिजरे 11/1/2024 ते दिहाड़ा जनाब है जुम्मे का। ऐ जनाब सदीक भाई आए ने। सदीक भाई कितने आ रहे हो? मंडी आए। की लैन गए जनाब? मंडी सानू दसन तो बारी तुर गए। ओ भाजी तुहानू की दसना, ठंड बहुत ही। अच्छा, ते मैं कहा चलो कोई घर वास्ते कोई सब्जी सुब्जी लैने आ। ऐ जी साडे इस तरफ छप्पड़ माशाला इस वे साफ सुथरा बूटी छूटी दा खात्मा हो गया। तो ये की स्पैशल स्प्रे तो देख सकते हो, जो आदि जा जानवर ने आदि परिंदे ने वह बहुत ज्यादा मकदार जोड़े ने ना वो साढ़े इतने छप्पड़ मौजूद ने। आज देख सकते हो माशाला छप्पड़ जो ना सेंटर अस्सलाम वालेकुम, की हाल चाल है दोस्तों? ठीक हो? उम्मीद करना तुम बिल्कुल खरीद न हो गए। अलहमदुल्ला असं भी बिल्कुल ठीक ठाक हाँ, और साड़ी अल्लाह जी कि सू वेखन वाले जितने भी रहते हैं हमेशा हसते मुस्कुराते रहन। मौसम बड़ा ठंडा जी, और ठंड इस कदर है कि बयान करनी मुश्किल है। तकरीबन 10 साल पुराना रिकॉर्ड जोड़ा ना जनाब वो पाश पाश हो गया। अज जी पौ दी मती 1945 हिजरी 11/1/2024 तो दिहाड़ा जनाब है जुम्मे का। ठंड की शिद्दत भी बहुत ज्यादा। तो दानिश भाई मेरे नाल ने, दानिश भाई की सूरत हाल दो सब दसो, ठंड किन्नी करे? सर्दी बहुत ही ज्यादा है, तुम देख ही रहे हो मेरे कपड़े वाल कि मैं जिन्हें को कपड़े पाए ने, सिर ते कैप पहनी है, तो सर्दी बहुत ज्यादा शदीद सर्दी है। बिल्कुल जी, हाँ जी गल है। तो जनाब इस तरफ साढ़े आ रहे हैं जनाब सदेक भाई। सदेक भाई जनाब मंडी तो घर का ला के आए हैं सौदा सलफ, तो उन्होंने पूछने कि सूरत हाल है मंडी की, तो किन्नी कर जनाब ठंड है? जनाब सामने सदेक भाई आ गए हैं। सदेक भाई कितने आ रहे हो? मंडी आए। की लैन गए जनाब मंडी? सानू दसन तो बारी तुर गए। भाजी तुहानू की दसना, ठंड बहुत ही। अच्छा, तो मैं कहा चलो घर वास्ते कोई सब्जी सुब्जी लैने। वेरी गुड जी, वेरी गुड। की की लैके आए हो? ਭਾਜੀ ਆਹੀ ਕੋਈ ਆਲੂ ਗਾਜਰਾਂ, ਕੋਈ ਗੋਭੀ ਸ਼ਬਜ਼ੀ, ਕੋਈ ਆਪਣਾ ਥੋੜੀ ਬਹੁਤੀ ਜਿਹੜੀ ਨਾ ਘਰ ਦਾ ਸਮਾਨ ਖਾਣ ਪੀਣ ਵਾਲਾ ਹੈ। ਵੈਰੀ ਗੁੱਡ ਹੈਗਾ ਜੀ, ਬਹੁਤ ਸ਼ੁਕਰੀਆ ਜਨਾਬ। ਬੈਸਟ ਆਫ ਲੱਕ ਤੇ ਜਾ ਕੇ ਤਗੜਾ ਕਰੋ ਨਾਸ਼ਤਾ ਜੀ। ਠੀਕ ਹੈ, ਠੀਕ ਹੈ ਜੀ, ਠੀਕ ਹੈ। ਮੁੰਜੀ ਦੀ ਫਸਲ ਦੀ ਕਟਾਈ ਤੋਂ ਬਾਅਦ ਜੀ ਕਿਸਾਨਾਂ ਨੇ ਲਗਾ ਦਿੱਤੀ ਹੈ ਗੰਦਮ ਦੀ ਫਸਲ, ਤੇ ਇਹ ਜਨਾਬ ਗੰਦਮ ਦੀ ਫਸਲ ਜਿਹੜੀ ਹੈ ਨਾ ਮਾਸ਼ਾਅੱਲਾ ਉਗਣਾ ਸ਼ੁਰੂ ਹੋ ਗਈ ਹੈ। ਥੋੜੀ ਸਾਰੀ ਲੇਟ ਲੱਗੀ ਹੈ, ਕੁਝ ਫਸਲ ਜਿਹੜੀ ਨਾ ਕਾਫੀ ਪਹਿਲਾਂ ਲੱਗ ਗਈ, ਲੇਕਿਨ ਉਹ ਜਿਹੜੇ ਨਾ ਜਾਨਵਰਾਂ ਦੇ ਚਾਰੇ ਦੇ ਵਿੱਚ ਇਸਤੇਮਾਲ ਜਿਹੜੇ ਨਾ ਹੋਏਗੀ। ਤੇ ਇਹ ਜੀ ਸਾਡੇ ਪਿੰਡ ਦਾ ਬੜਾ ਖੂਬਸੂਰਤ ਵਿਊ, ਇਹ ਸਾਹਮਣੇ ਮੇਨ ਰੋਡ ਹੈ ਜੀ ਸਾਡਾ, ਤੇ ਟ੍ਰੈਫਿਕ ਰਮਾ ਦਮਾ ਹੈ। ਮਾਸ਼ਾਅੱਲਾ ਡੱਬਾ ਰੋਡ ਜਿਹੜਾ ਸਾਡਾ ਉਹ ਤਮੀਰ ਹੋਇਆ, ਤੇ ਕੁਛ ਰੋਡ ਹੈ ਜਿਹੜਾ ਨਾ ਬਣਨ ਵਾਲਾ ਹੋ ਰਹਿੰਦਾ ਹੈ। ਤੇ ਅਸੀਂ ਚਾਹੁੰਦੇ ਹਾਂ ਜੀ ਆਪਣੇ ਇਹਨਾਂ ਡੇਰਿਆਂ ਦੀ ਤਰਫ। ਮਾਨੂੰ ਭਾਈ ਤੁਹਾਨੂੰ ਕਿਹੜਾ ਮੌਸਮ ਪਸੰਦ ਹੈ ਜ਼ਿਆਦਾ? ਮੌਸਮ ਨਾ ਜ਼ਿਆਦਾ ਗਰਮੀ ਹੋਏ ਤੇ ਨਾ ਜ਼ਿਆਦਾ ਸਰਦੀ ਹੋਏ, ਦਰਮਿਆਨਾ ਮੌਸਮ ਪਸੰਦ ਹੈ। ਤੇ ਇਸ ਵੇਲੇ ਜਿਹੜੀ ਠੰਡ ਦੀ ਸ਼ਿੱਦਤ ਹੈ ਉਹ ਹੈ ਵੀ ਬੇਟਾ ਬੇਟਿਆਂ ਨੂੰ ਆਪਣਾ ਜਾਮ ਕਰਨ ਵਾਲੀ ਤੇ ਨਹੀਂ? ਮੈਂ ਕਹਿਣ ਡਿਆ ਵਾਂ ਤੇ ਇਹ ਤੇ ਬੂਟਿਆਂ ਨੂੰ ਹਿੱਲਣ ਨਹੀਂ ਦੇਣ ਦੀ ਠੰਡ। ਚਲੋ ਜਵਾਨਾਂ ਦੀ ਥੋੜ੍ਹੀ ਬਹੁਤੀ ਹਿੰਮਤ ਹੈ ਕਿ ਤੁਰ ਫਿਰਦੇ ਪਏ ਨੇ, ਨਹੀਂ ਤੇ ਬਾਕੀ ਹੈ ਜਿੰਨੀ ਕੁ ਠੰਡ ਹੈ ਨਾ, ਜੇ ਮਾੜਾ ਜਿਹਾ ਵੀ ਵਾਧਾ ਘਾਟਾ ਹੋਏ ਤੇ ਬੰਦਾ ਗਿਆ ਗਿਆ ਜੀ ਗਿਆ। ਤੇ ਰਾਤੀ ਜੀ ਸਾਡੇ ਪਿੰਡ ਇਹ ਮੇਨ ਰੋਡ ਦੀ ਤਰਫ ਇੱਕ ਹਾਦਸਾ ਹੋਇਆ, ਤੇ ਰੋਡ ਦੇ ਉੱਪਰ ਇੱਕ ਖੱਡਾ ਬਣਿਆ ਸੀ, ਤੇ ਅੱਲਾ ਬੇਟਾ ਜਾਣਦਾ ਰਾਤ ਦੇ ਅੰਧੇਰੇ ਦੇ ਵਿੱਚ ਉਹ ਆਦਮੀ ਵਿਚਾਰਾ ਖੁਦ ਗਿਰ ਗਿਆ, ਤੇ ਉਹਦੀ ਡੈਥ ਹੋ ਗਈ ਹੈ, ਜਾਂ ਕਿਸੇ ਗੱਡੀ ਨੇ ਪਿੱਛੋਂ ਸੈਡ ਕਰਾਈ ਹੈ ਤੇ ਤਦ ਡੈਥ ਹੋ ਗਈ ਹੈ। ਅੱਲਾ ਤਾਲਾ ਜੀ ਮਰਨ ਵਾਲੇ ਦੀ ਮਗਫਰਤ ਫਰਮਾਏ, ਉਹਨੂੰ ਜੰਨਤ ਵਿੱਚ ਆਲਾ ਮੁਕਾਮ ਦੇ, ਔਰ ਲਿਆ ਹਕੀਮ ਨੂੰ ਇਸ ਸਦਮੇ ਨੂੰ ਬਰਦਾਸ਼ਤ ਕਰਨ ਦੀ ਹਿੰਮਤ ਤੇ ਤਾਕਤ ਅਤਾ ਫਰਮਾਏ, ਲਿਆ ਹਕੀਮ ਨੂੰ ਅੱਲਾ ਤਾਲਾ ਸਬਰ ਅਤਾ ਫਰਮਾਏ। ਬਾਨੂ ਭਾਈ ਜਿਹੜਾ ਤੁਸੀਂ ਦੇਖਿਆ ਤੇ ਜਿਹੜਾ ਹਾਦਸਾ ਹੋਇਆ ਸੀ? ਜੀ ਜੀ ਮੈਂ ਵੇਖਿਆ ਸੀ, ਤੇ ਖੂਨ ਨਾਲ ਲੱਤਪੱਤ ਹੋਇਆ ਦਾ ਹੀ। ਜੀ ਜੀ ਬਿਲਕੁਲ, ਫਿਰ ਤੋਂ ਇੰਨਾ ਖੂਨ ਉਹਦਾ ਵਹਿਆ ਨਾ, ਤੇ ਉਹ ਵਿਚਾਰੇ ਦੀ ਉੱਥੇ ਹੀ ਖੈਰ ਡੈਥ ਹੋ ਗਈ ਹੈ। ਜੀ ਬਿਲਕੁਲ ਜੀ, ਅਸੀਂ ਆਪੇ ਜਾ ਕੇ ਦੇਖਿਆ ਸੀ, ਤੇ ਬੜੇ ਵਾਲੇ ਮਾਕ ਮੌਤ ਸੀ। ਉਹ ਜਿਹੜਾ ਮਰਨ ਵਾਲਾ ਸੀ ਉਹ ਸਾਡੇ ਪਿੰਡ ਦਾ ਕੋਈ ਅਜ਼ੀਜ਼ ਸੀ, ਸਾਡੇ ਪਿੰਡ ਦੀ ਤਰਫ ਹੀ ਵਾਪਸ ਆ ਰਿਹਾ ਸੀ, ਸਿਆਲਕੋਟ ਤੋਂ ਪੂਰਬ ਦੀ ਤਰਫ ਆ ਰਿਹਾ ਸੀ, ਤੇ ਪੂਰਬ ਦੇ ਕਰੀਬ ਹੀ ਆਪਣਾ ਖੱਡਾ ਬਣਿਆ ਤੇ ਜਿੱਥੇ ਦੀ ਡੈਥ ਹੋ ਗਈ ਹੈ। ਤੇ ਹੁਣ ਚਾਹੁੰਦੇ ਜੀ ਅਸੀਂ ਆਪਣੇ ਇਸ ਛੱਪੜ ਦੀ ਤਰਫ ਤੋਂ ਤੁਹਾਨੂੰ ਜਿਹੜੇ ਹਿਜਰਤ ਕਰਕੇ ਜਾਨਵਰ ਆਏ ਨੇ ਨਾ ਉਹ ਅੱਜ ਤੁਹਾਨੂੰ ਇੱਧਰ ਅਸੀਂ ਦਿਖਾਉਂਦੇ ਹਾਂ।
सरफ छप्पड़ माशाला इस वे साफ सुथरा बूटी शूटी का खात्मा हो गया तो ये की स्पैशल स्प्रे तो देख सकते हो जो आदि जानवर ने आदि परिंदे ने वह बहुत ज्यादा मकदार जोड़े ने ना वो साढ़े इतने छप्पड़ मौजूद ने तो बड़े इतने सेफ ने बड़े महफूज ने इन्होंने कोई अपना जो है ना तंग नहीं करता कोई भी जिद्द मुर्गा भी हो जाल कुकड़े हुए और मुख्तलिफ असलों में जो परिंदे ने ना वह इतने मौजूद ने तो असं भी थोड़े सारे इन्होंने कहेंगे शेरखानी सिर्फ तुम्हें दसने वास्ते कि देखो माशाला किन्ने जो ना इतने परिंदे वो आके तो महफूज जगह पर बसेरा ना किया जी देख सकते हो माशाल्लाह छप्पड़ के ना सेंटर के काफी परिंदे ने माशाल्लाह इस तरफ कसरत के नाल तुम दिखाए ने आदि परिंदे जेड़े के मुर्गाबी जाल कुकड़ी कूंचा वगैरह जोड़िया ने ना वो इस तरफ ने तो माशाल्लाह बड़ा ही खूबसूरत उन्हों का नजारा तुम दिखाया तो असं हम चलने जनाब वापसी की तरफ है जनाब कुत्ते हरे करीब तो नहीं गुजर रहे ने भी कुछ शिकार शकूर जोड़ा है ना वह तलाश कर रहे हैं इस तरफ पठान भाई जड़ा वो जनाब मेहनत मजदूरी कर रहे रूड़िया जोड़ा कचरा कुचरा है गत्ता वगैरह वो जमा कर रहे हैं जी साढ़े अज की वीडियो है जी मुकम्मल अगर वीडियो लगे अच्छी तो वीडियो ने एक लाइक कर देना तो जो दोस्त मेरे चैनल पर नए ने जल्दी जल्दी मेरे चैनल में सबसक्राइब कर दो और दसो कि सू मौसम साढ़े पाकिस्तान का पंजाब का सियालकोट का साढ़े इलाके का साढ़े पिंड का कैसा लगा इन्होंने फिर मैंने देवे इजाजत हमेशा हसते रहो मुस्कुराते रहो खुश रहो अल्लाह हाफिज़।